ਸਿਆਣੇ ਆਦੇ ਜਿਹੜੇ ਮੇਲੇ ਤੇ ਉਸ ਹੁੰਦੇ ਨਾ ਉਹ ਕਿਸ ਸਕਾਫਤ ਦਾ ਬਹੁਤ ਵੱਡਾ ਹਿੱਸਾ ਹੁੰਦੇ ਨੇ ਉਹ ਕਿਸੇ ਇਲਾਕੇ ਦੀ ਉਸ ਏਰੀਏ ਦੀ ਸਕਾਫਤ ਨੂੰ ਰੀਪ੍ਰਜੈਂਟੇਸ਼ਨ ਕਰਦੇ ਨੇ ਸ਼ੋਅ ਕਰਦੇ ਨੇ ਬਹਰਹਾਲ ਮੈਂ ਇਸ ਟਾਈਮ ਮੌਜੂਦ ਹਾਂ ਫਤਿਹਪੁਰ ਦੇ ਵਿੱਚ ਜ਼ਿਲ੍ਹਾ ਲੇਹ 'ਚ ਪਾਕਿਸਤਾਨ ਦਾ ਸਭ ਤੋਂ ਵੱਡਾ ਯਾਨੀ ਕਿ ਉੱਥੋਂ ਦਾ ਬਹੁਤ ਵੱਡਾ ਮੇਲਾ ਲੱਗਦਾ ਹੈ ਇੱਥੇ ਮਤਲਬ ਕੈਮਲ ਡਾਂਸ ਵੀ ਹੁੰਦੀ ਹੈ ਉਸ ਤੋਂ ਇਲਾਵਾ ਇਹ ਇੱਕ ਇੰਟਰਨੈਸ਼ਨਲੀ ਬਹੁਤ ਰਿਕੋਗਨਾਈਜ਼ ਯਾਨੀ ਕਿ ਦੁਨੀਆ ਦੀ ਬਿਹਤਰੀਨ ਮੰਡੀ ਜਿੱਥੇ ਉੱਠਾਂ ਦਾ ਵਪਾਰ ਥੀਂਦਾ ਹੈ ਅੱਛਾ ਤੇ ਇਹ ਕਿਸ ਤਰੀਕੋ ਲੱਗਦਾ ਹੈ ਮਤਲਬ ਸਰੈਕੀ ਦੇ ਕਿਹੜੇ ਮਹੀਨੇ ਲੱਗਦਾ ਹੈ ਇਹ ਚੇਤਰ ਦੀ 9 ਨੂੰ ਅੱਛਾ ਚੇਤਰ ਦੀ ਚੇਤਰ ਦੀ 9 ਤੋਂ ਸ਼ੁਰੂ ਥੀ ਸੀ ਸਹੀ ਤੇ 17 ਤੇ ਲੱਗਾ ਵੈ ਸੀ ਪੂਰੇ ਪਾਕਿਸਤਾਨ ਦੇ ਵੱਡੇ ਵੱਡੇ ਲੋਕਾਂ ਤੋਂ ਉੱਠਾ ਕੇ ਅੱਛਾ ਤੇ ਕਿਤੋ ਕਿਤੋ ਦੇ ਲੋਕ ਆਂਦੇ ਨੇ ਪੂਰੇ ਪਾਕਿਸਤਾਨ ਦਾ ਅੱਛਾ ਮਤਲਬ ਕੋਈ 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 ਸੁਲੇਮਾਨ ਬਲੋਚਿਸਤਾਨ ਸਾਰੇ ਰੋਹਿਤਾਂ ਚ ਆਉਂਦੇ ਨੇ ਅੱਛਾ ਬੇਸਿਕਲੀ ਇਹ ਇੱਕ ਮੰਡੀ ਹੈ ਇਹਦੇ ਵਿੱਚ ਵਪਾਰ ਥਿੰਦਾ ਹੈ ਇਹ ਵਪਾਰ ਆ ਲੋ ਸਹੀ ਇਹਦਾ ਇਹ ਵਪਾਰ ਅੱਛਾ ਜਿਵੇਂ ਪੂਰਾ ਸਾਲ ਲੋਕ ਪਲੈਂਦੇ ਨੇ ਇਹ ਹੁਣ ਕੁਰਬਾਨੀ ਵਾਸਤੇ ਗਿਨ ਸੇ ਨਹੀਂ ਤੂੰ ਖਰੀਦ ਕਰਕੇ ਵਾਂਗ ਚੱਲੇ ਅੱਛਾ ਬਲਾ ਉਹ ਮਤਲਬ ਨੂੰ ਸਿਕਲਾਈ ਕਰੇ ਦਿੰਦੇ ਉਹਨਾਂ ਦੀ ਸਪਲਾਈ ਕਰੇ ਦਿੰਦੇ ਨਹੀਂ ਬਸ ਸਪਲਾਈ ਕਰਕੇ ਗਵਾਂ ਜੁਤੇ ਅੱਛਾ ਸਹੀ ਆਈ ਸਪਲਾਈ ਕਰਕੇ ਵਾਂਗ ਗੁਜਰਾ ਵਾਲੇ ਵਾਂਗ ਜੁਤੇ ਸਤੇ ਠੀਕ ਇਹ ਗਿਨੋ ਮਤਲਬ ਇੱਕ ਸਕਾਫਤ ਦਾ ਇੱਕ ਵਿਰਸਾ ਹੈ ਔਰ ਸਦੀਆਂ ਮਤਲਬ ਤੁਸਾਂ ਕਿਹੜਾ ਤੂੰ ਦੇਦੇ ਪਏ ਕਿਹੜਾ ਤੂੰ ਮੰਡੀ ਲੱਗਦੀ ਹੈ ਹਾਲੀ ਇਹ ਸਾਰੀ ਜ਼ਿੰਦਗੀ ਤੋਂ ਅੱਗੇ ਦੀ ਸਾਰੇ ਸੰਭਲਵਾਨ ਤੋਂ ਅੱਗੇ ਦੀ ਪਹਿਲੇ ਦੀ ਹੈ ਪਹਿਲੇ ਦੀ ਸਾਰੇ ਪੀਓ ਦਾਦੇ ਦੀ ਸੰਭਲਵਾਨ ਤੋਂ ਪਹਿਲੇ ਸਹੀ ਆਏ ਬਾਬੇ ਨਾ ਇਸ਼ਾ ਦਾ ਮੇਲਾ ਹੁੰਦਾ ਅੱਛਾ ਬੇਸਿਕਲੀ ਇੱਕ ਉਰਸ ਦੇ ਨਾਲ ਮੇਲਾ ਲੱਗਦਾ ਹੈ ਹਾਂ ਉਸ ਦੇ ਨਾਲ 14 ਤਰੀਕ ਤੋਂ ਬਾਅਦ ਤੇ ਚੇਤਰ ਦੀ 14 ਤੋਂ ਪਿੱਛੇ ਸ਼ੁਰੂ ਹੁੰਦਾ ਠੀਕ ਹਾਂ ਉਹ ਤੇ ਸਾਰੀ ਮੰਡੀ ਤਾਂ ਨਾ ਹੋ ਸ਼ੁਰੂ ਥੀ ਅੱਛਾ ਹਾਂ 14 ਹੋਲ ਸੁਣਦੇ ਹੋਲ ਤੋਂ ਬਾਅਦ ਆ ਸੀ ਬਹਰਲ ਮਤਲਬ ਸਕਾਫਤ ਦਾ ਇੱਕ ਬਹੁਤ ਵੱਡਾ ਹੁਸਨ ਹੈ ਔਰ ਇਹ ਥਲ ਦੇ ਏਰੀਏ ਦੇ ਲੋਕਾਂ ਦੀ ਇੱਕ ਇੰਟਰਟੇਨਮੈਂਟ ਦੇਖੋ ਵੀ ਉਹਨਾਂ ਦੀ ਉਹਨਾਂ ਵਾਸਤੇ ਤਾਂ ਇੱਕ ਬੜੀ ਇੱਕ ਰੂਹ ਖੁਸ਼ ਕਰਨ ਦਾ ਇੱਕ ਜ਼ਰੀਆ ਹੈ ਲੋਕ ਆਉਂਦੇ ਨੇ ਬਾਲ ਬੱਚਾ ਕਿੰਨਾ ਤੋਂ ਦੇਦੇ ਪਏ ਬਾਲ ਬੱਚਾ ਬੈਠੇ ਨੇ ਬਾਤ ਅੱਗਾ ਦੇ ਕਿ ਸਾਰਾ ਮਹੀਨਾ ਆਉਂਦੇ ਆਉਂਦੇ ਰਹਿੰਦੇ ਅੱਛਾ ਇਹ ਲੱਗਾ ਰਹਾ ਸੀ ਲੱਗਾ ਰਹਾ